ਬੀਤੇ ਦਿਨੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸਿੱਧੂਵਾਲ ਦੇ ਘਰ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੀ ਵਾਇਰਲ ਵੀਡੀਓ ਵਿੱਚ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਪੁਲਿਸ ਪ੍ਰਸ਼ਾਸਨ ਤੇ ਲਾਏ ਗਏ ਗੰਭੀਰ ਦੋਸ਼ਾਂ ਸੰਬੰਧੀ ਕਾਂਗਰਸੀ ਆਗੂਆਂ ਨੇ ਅੱਜ ਮਾਰਕੀਟ ਕਮੇਟੀ ਦੇ ਮੀਟਿੰਗ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। इस मौके ते गलबात करदिआं चेयरमैन दा कहना है कि जिस आगू सुरजीत सिद्धूवाल नूं विधायक चीमा ने पार्टी विच पूरा मान सम्मान दे के ब्लाक समिति मैंबर बनाया है ते उसकी हरेक मंग नूं पूरा कीता है, ਉਹ ਆਗੂ ਅੱਜ ਇੱਕ ਸਾਜ਼ਿਸ਼ ਤਹਿਤ ਖੇਡੀ ਜਾ ਰਹੀ ਸਿਆਸਤ ਦਾ ਹਿੱਸਾ ਬਣ ਕੇ ਵਿਧਾਇਕ ਚੀਮਾ ਦੇ ਉੱਪਰ ਜੋ ਗਲਤ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ ਉਹ ਬਹੁਤ ਹੀ ਸ਼ਰਮਨਾਕ ਹੈ। ਸਾਡਾ ਜਿਹੜਾ ਅੱਜ ਦੀ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਆ, ਕੱਲ ਦਾ ਅਸੀਂ ਸੋਸ਼ਲ ਮੀਡੀਆ ਤੇ ਔਰ ਪ੍ਰਿੰਟ ਮੀਡੀਆ ਤੇ ਸਾਡੇ ਕੁਝ ਬੰਦਿਆਂ ਨੇ ਮਾਨਯੋਗ MLA ਸਾਹਿਬ ਦੇ ਖਿਲਾਫ ਔਰ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਆ ਉਹਦੇ ਖਿਲਾਫ ਜਿਹੜੀਆਂ ਬੇਬੁਨਿਆਦ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਹਦੇ ਸੰਬੰਧੀ ਅਸੀਂ ਇਹ ਪ੍ਰੈਸ ਕਾਨਫਰੰਸ ਸੱਦੀ ਆ। ਜਿਸ ਤਰ੍ਹਾਂ ਸੁਰਜੀਤ ਸਿੰਘ ਸਿੱਧੂਵਾਲ ਨੇ ਬੋਲਿਆ ਕਿ ਸੁਲਤਾਨਪੁਰ ਲੋਧੀ 'ਚ ਝੂਠੇ ਪਰਚੇ ਹੋਏ, ਪਿਛਲੇ 4.5 ਸਾਲਾਂ ਦੇ ਵਿੱਚ ਕਰਪਸ਼ਨ ਹੋਈ। ਦੇਖੋ, ਜਿਸ ਇਨਸਾਨ ਨੂੰ ਮਾਨਯੋਗ MLA ਸਾਹਿਬ ਨੇ ਬਲਾਕ ਸੰਮਤੀ ਦੀ ਟਿਕਟ ਦੇ ਕੇ ਔਰ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਜਿਤਾਇਆ, ਪਾਰਟੀ ਦੇ ਵਿੱਚ ਮਾਣ ਸਨਮਾਨ ਦਿੱਤਾ ਔਰ 4.5 ਸਾਲ ਏਜੰਟੀ ਦੀਆਂ ਪਤਾ ਨਹੀਂ ਕਿੰਨੇ ਕੁ ਕੰਪਰੋਮਾਈਜ਼ ਜਿਹੜੇ ਆ, ਜਿਹੜੇ ਲੋਕਾਂ ਦੇ ਪੈਸੇ ਦੇਣੇ ਸੀ ਉਹ ਕਿੰਨੇ ਕੁ ਕੰਪਰੋਮਾਈਜ਼ MLA ਸਾਹਿਬ ਨੇ ਕਰਾਏ ਆ। ਜਿੱਥੋਂ ਤੱਕ ਗੱਲ ਉਹ ਕਰਦਾ ਕਿ ਸੁਲਤਾਨਪੁਰ ਲੋਧੀ ਦੇ ਝੂਠੇ ਪੁਲਿਸ ਨੇ ਪਰਚੇ ਕੀਤੇ ਆ, ਜੇ ਉਹਦੀ ਗੱਲ ਆਪਾਂ ਸੁਲਤਾਨਪੁਰ ਲੋਧੀ ਦੇ ਵਿੱਚ 2 ਪਰਚੇ ਦਰਜ ਹੋਏ ਆ, ਉਹ ਵੀ ਜਿਹੜੇ ਲੋਕਾਂ ਦੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਏਜੰਟੀ ਕਰਦਾ ਉਹ। ਹੁਣ ਜਦੋਂ ਆਪਾਂ ਕਿਸੇ ਕੋਲ ਪੈਸੇ ਲੈ ਲਾਂਗੇ ਉਹਦਾ ਬੱਚਾ ਬਾਹਰ ਨਹੀਂ ਜਾਊਗਾ ਤਾਂ ਕੀ ਉਹਦੇ ਵਿੱਚ ਜਿਹੜਾ ਵਾ ਉਹ ਪਰਚਾ ਨਹੀਂ ਦਰਜ ਹੋਊਗਾ ਤਾਂ ਕੀ ਹੋਊਗਾ। ਗੱਲ ਦੋਸ਼ ਤਾਂ ਉਹਨੇ ਸੁਲਤਾਨਪੁਰ ਲੋਧੀ ਪੁਲਿਸ 'ਤੇ ਲਾਏ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਮੁਕੱਦਮਾ ਨੰਬਰ 67, ਇੱਕ ਮੁਕੱਦਮਾ ਨੰਬਰ 7 ਆ, ਇਹ ਸੁਰਜੀਤ ਸਿੰਘ 'ਤੇ ਦਰਜ ਆ, ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਦੇ ਵਿੱਚ। ਇੱਕ ਮੁਕੱਦਮਾ ਨੰਬਰ 179 ਆ, ਜਿਹੜਾ ਥਾਣਾ ਬਟਾਣਾ ਜ਼ਿਲ੍ਹਾ ਕਰਨਾਲ ਹਰਿਆਣੇ ਦੇ ਵਿੱਚ ਦਰਜ ਆ। ਇੱਕ ਮੁਕੱਦਮਾ ਨੰਬਰ 141, ਇਹ ਪਾਸਪੋਰਟ ਐਕਟ, ਇਹ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਜਿਹੜਾ ਥਾਣਾ ਉੱਥੇ ਦਰਜ ਹੈ। ਸੋ ਗੱਲ ਇਹ ਆ ਕਿ ਬੰਦਾ ਕੋਈ ਬਹੁਤ ਸਾਫ਼ ਸੁਥਰਾ ਹੋਵੇ ਨਾ ਅਤੇ ਉਹ ਇਹੋ ਜਿਹਾ ਇਲਜ਼ਾਮ ਲਾਵੇ ਅਤੇ ਸੋਭਾ ਦਿੰਦਾ। ਜੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕੱਲੇ ਸੁਲਤਾਨਪੁਰ 'ਚ ਪਰਚੇ ਹੋਏ ਹੁੰਦੇ ਤਾਂ ਆਪਾਂ ਮੰਨ ਸਕਦੇ ਸੀ ਵੀ ਚਲੋ ਇਹਦੀ ਗੱਲਾਂ 'ਚ ਕੋਈ ਸੱਚ ਹੋ ਸਕਦਾ, ਜਿਹਦੇ 'ਚ ਹਰਿਆਣਾ, ਦਿੱਲੀ, ਰਾਜਸਥਾਨ, ਪੰਜਾਬ ਦੇ ਵਿੱਚ ਵੱਖ ਵੱਖ ਥਾਣਿਆਂ 'ਚ ਪਰਚੇ ਦਰਜ ਆ ਔਰ ਜਿਹੜੇ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮ ਲਾ ਦੇਣਾ ਕਿ ਪੁਲਿਸ ਨੇ ਪੈਸੇ ਲਏ ਸਾਡੇ ਕੋਲੋਂ। ਪੁਲਿਸ, ਇਹ ਸਾਡਾ ਦੱਸਣਾ ਤਾਂ ਬਣਦਾ ਨਾ ਕਿ ਪੁਲਿਸ ਨੂੰ ਜੇ ਪੈਸੇ ਦਿੱਤੇ ਤਾਂ ਮੈਂ ਕਿਸ ਚੀਜ਼ ਦੇ ਪੈਸੇ ਦਿੱਤੇ ਆ, ਕਾਹਦੇ ਲਈ ਕਰਪਸ਼ਨ ਦਿੱਤੀ ਆ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਪਾਰਟੀ ਦੇ ਵਿੱਚ 4.5 ਸਾਲ ਰਾਜਪਾਲ ਹੋ ਗਿਆ ਹੋਵੇ, ਆਪਣੀ ਮਾਂ ਪਾਰਟੀ ਜਿਹਨੂੰ ਅਸੀਂ ਕਿਹਾ ਹੋਵੇ, ਉਸ ਜਿਸ MLA ਸਾਹਿਬ ਨੇ ਬਲਾਕ ਸੰਮਤੀ ਦਾ ਵੀ ਮਾਣ ਬਖਸ਼ਿਆ ਹੋਵੇ, ਤਾਂ ਮੇਰਾ ਖਿਆਲ ਆ ਵੀ ਇਹ ਜਿਹੜੀਆਂ ਬਹੁਤਾ ਜਿਹੜੀਆਂ ਇਲਜ਼ਾਮ ਲਾਉਣੇ ਆ ਇਹ ਕੋਈ ਬਾਲੀ ਵਧੀਆ ਨਹੀਂ ਗੱਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।